ਸੰਤ ਬਾਬਾ ਜੈਮਲ ਸਿੰਘ, ਬਾਬਾ ਗੁਰਦਿਆਲ ਸਿੰਘ ਅਤੇ ਬਾਬਾ ਨਾਮਦੇਵ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਮਾਗਮ ਕਾਰ ਸੇਵਾ ਸੰਪਰਦਾਇ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੁਰੀ ਵਾਲਿਆਂ ਵੱਲੋਂ ਕਰਵਾਏ ਜਾ ਰਹੇ ਨੇ, ਜਿੱਥੇ ਉਚੇਚੇ ਤੌਰ ਤੇ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹਾਜ਼ਰੀਆਂ ਭਰੀਆਂ ਗਈਆਂ। ਇਸ ਮੌਕੇ ਤੇ ਗੱਲਬਾਤ ਕਰਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੱਸਿਆ ਕਿ ਨਿਰਮਲ ਤਪੋਵਰ ਡੇਰਾ ਸੰਤ ਬਾਬਾ ਪੁਰੀ ਵਾਲਿਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਚੱਲਦਿਆਂ ਸੰਗਤ ਦੀਆਂ ਸੇਵਾਵਾਂ ਦੇ ਵਿੱਚ ਮਹਾਨ ਕਾਰਜ ਕੀਤੇ ਜਾ ਰਹੇ ਨੇ। ਬੜੇ ਸਤਿਕਾਰਯੋਗ ਸੰਤ ਬਾਬਾ ਜੈਮਲ ਸਿੰਘ ਜੀ, ਸੰਤ ਬਾਬਾ ਗੁਰਦਿਆਲ ਸਿੰਘ ਜੀ, ਸੰਤ ਬਾਬਾ ਨਾਮਦੇਵ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਅੱਜ ਮਹਾਂਪੁਰਖ ਬਾਬਾ ਕਸ਼ਮੀਰ ਸਿੰਘ ਜੀ ਪੁਰੀ ਵਾਲੇ, ਇਹਨਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਸਦਕਾ ਸਾਲਾਨਾ ਸਮਾਗਮ ਆਯੋਜਿਤ ਕੀਤੇ ਗਏ ਨੇ। 3 ਰੋਜ਼ਾ ਇਸ ਸਮਾਗਮ ਜਿਹਦੇ ਵਿੱਚ ਬਿਆਨ ਸੰਗਤਾਂ ਜਿਹੜੀਆਂ ਨੇ ਉਹ ਸ਼ਮੂਲੀਅਤ ਕਰ ਰਹੀਆਂ ਹਨ। ਇਹਨਾਂ ਮਹਾਂਪੁਰਖਾਂ ਦਾ ਅੱਜ ਅਸੀਂ ਇਸ ਕਰਕੇ ਦਿਹਾੜਾ ਮਨਾ ਰਹੇ ਹਾਂ ਕਿਉਂਕਿ ਇਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਆਰੰਭ ਕੀਤੇ ਸੇਵਾ ਦੇ ਸੰਕਲਪ ਦੇ ਉੱਤੇ ਪਹਿਰੇਦਾਰੀ ਕਰਦੇ ਹਨ, ਸੇਵਾ ਦੇ ਕੋਲੇ ਪਾਏ। ਉਹ ਸੰਗਤਾਂ ਨੂੰ ਦੱਸਿਆ ਕਿ ਗੁਰੂ ਘਰਾਂ ਦੇ ਵਿੱਚ ਜਿਹੜਾ ਸੇਵਾ ਦਾ ਮਹੱਤਵ ਹੈ, ਸੇਵਾ ਕਿਵੇਂ ਕਰਨੀ ਹੈ, ਸੰਗਤਾਂ ਨੂੰ ਸੇਵਾ ਕਰਨੀ ਕਰਵਾਉਣੀ ਇਹਨਾਂ ਮਹਾਂਪੁਰਖਾਂ ਦੇ ਹਿੱਸੇ ਹੈ। ਆਪ ਸੇਵਾ ਕੀਤੀ ਹੈ, ਸੰਗਤਾਂ ਨੂੰ ਸੇਵਾ ਲਈ ਪ੍ਰੇਰਿਤ ਕੀਤਾ ਹੈ। ਇਹ ਬਹੁਤ ਵੱਡੀ ਦੇਣ ਹੈ ਜਿਹਨਾਂ ਦੀ ਅਸੀਂ ਅੱਜ ਯਾਦ ਨੂੰ ਸਮਰਪਿਤ ਇੱਥੇ ਬੈਠੇ ਹਾਂ। ਇਸ ਤੋਂ ਇਲਾਵਾ ਕਰ ਸੇਵਾ ਸੰਪਰਦਾ ਜਿਹੜੀ ਹੈ, ਇਹ ਗੁਰੂ ਘਰਾਂ ਦੀਆਂ ਇਮਾਰਤਾਂ ਇੰਨੀ ਤਮੀਰ ਕਰਵਾ ਰਹੀ, ਸਕੂਲ ਬਣਵਾ ਰਹੀ ਹੈ, ਕਾਲਜ ਬਣਵਾ ਰਹੀ ਹੈ, ਹੋਰ ਵੀ ਪੰਥਕ ਸੇਵਾਵਾਂ ਜਿੱਥੇ ਜਿੱਥੇ ਜ਼ਰੂਰਤ ਹੁੰਦੀ ਹੈ ਕਰਦੀ ਹੈ। ਗੁਰੂ ਕੇ ਲੰਗਰਾਂ ਦੀ ਜੇ ਜ਼ਰੂਰਤ ਪੈਂਦੀ ਹੈ ਤਾਂ ਇਹ ਕਰ ਸੇਵਾ ਵਾਲੀ ਸੰਪਰਦਾ ਜਿਹੜੀ ਹੈ ਗੁਰੂ ਕੇ ਲੰਗਰ ਵੀ ਲਾਉਂਦੀ ਹੈ। ਪੁਰੀ ਵਾਲਿਆਂ ਮਹਾਂਪੁਰਖਾਂ ਵੱਲੋਂ ਪਟਨਾ ਸਾਹਿਬ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿੰਨੇ ਸੋਹਣੇ ਸੰਗਤਾਂ ਦੀਆਂ ਰਾਇਸ਼ਾਂ ਦੇ ਪ੍ਰਵਾਨ ਕੀਤੇ ਗਏ ਨੇ ਅਤੇ ਇਹ ਸਾਰਾ ਜਿਹੜਾ ਕੁਝ ਹੈ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੈ। ਵਾਹਿਗੁਰੂ ਅੱਗੇ ਅਰਦਾਸ ਹੈ, ਕਿਰਪਾ ਕਰੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਨਿਰੰਤਰ ਸੇਵਾ ਜਿਹੜੀ ਹੈ ਗੁਰੂ ਘਰਾਂ ਦੇ ਵਿੱਚ ਚੱਲਦੀਆਂ ਰਹਿਣ, ਸੰਗਤਾਂ ਸੇਵਾ ਹੋਰ ਕਰਨ ਅਤੇ ਗੁਰੂ ਦੇ ਪ੍ਰਸ਼ਾਦ ਪ੍ਰਾਪਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁਕੇਸ਼ ਮਹਿਰਾ ਦੀ ਰਿਪੋਰਟ ਦੇ ਨਾਲ ਦ ਟੀਵੀ ਐਨ ਆਰ ਆਈ।